ਇਹ ਜੀ ਲਗਭਗ 2 ਸਾਲ ਪਹਿਲਾਂ ਜੀ ਮੇਰਾ ਵਿਆਹ ਪਿੰਡ ਸੁਈਆਂ ਹੋਇਆ ਸੀਗਾ ਜੀ। ਸੁਮਨਪ੍ਰੀਤ ਕੌਰ ਦੇ ਨਾਲ ਜੀ ਉਹਨੂੰ ਆਈਲੈਟਸ ਕਰਵਾਇਆ ਜੀ ਅਤੇ ਉਹਦੀ ਫੀਸ ਭਰੀ, ਉਹਦੀ ਫਾਈਲ ਰਿਫਿਊਜ਼ ਹੋ ਗਈ ਜੀ। ਉਸ ਤੋਂ ਬਾਅਦ ਫਿਰ ਪੈਸੇ ਲੈ ਕੇ ਅਤੇ ਆਪਣੇ ਪੇਕੀ ਚਲੀ ਗਏ। ਜਦੋਂ ਫਾਈਲ ਰਿਫਿਊਜ਼ ਹੋ ਗਈ ਤਾਂ ਰਿਫੰਡ ਹੋ ਗਏ, ਉਹਦੇ ਜਿਹੜੀ ਫੀਸ ਸੀਗੀ ਉਹਦੇ ਅਕਾਊਂਟ ਦੇ ਵਿੱਚ ਰਿਫੰਡ ਹੋ ਗਈ ਜੀ। ਅਤੇ ਉਸ ਤੋਂ ਬਾਅਦ ਉਹ ਕਢਵਾ ਕੇ ਫਿਰ ਆਪਣੇ ਕਿਸੇ ਆਪਣੇ ਨਿੱਜੀ ਅਕਾਊਂਟ ਦੇ ਵਿੱਚ ਲੈ ਗਈ। ਵਿਆਹ 'ਤੇ ਵੀ ਅਸੀਂ ਖਰਚ ਕਰਿਆ ਸੀ ਸਾਰਾ ਕੁਛ। ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਇੰਨੀ ਹੋੜ ਲੱਗ ਗਈ ਹੈ ਕਿ ਕਈ ਨੌਜਵਾਨ ਇਸੇ ਚਾਹ ਦੇ ਚੱਲਦਿਆਂ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ। ਕੁਝ ਲੋਕ ਫਰਜ਼ੀ ਏਜੰਟਾਂ ਦੇ ਹੱਥੇ ਚੜ੍ਹਦੇ ਨੇ ਤੇ ਕੁਝ ਨੂੰ ਆਪਣੇ ਵੱਲੋਂ ਹੀ ਠੱਗਿਆ ਜਾ ਰਿਹਾ। ਅਜਿਹਾ ਇੱਕ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਆਪਣੀ ਪਤਨੀ ਦੇ ਕੋਲੋਂ ਹੀ 25 ਲੱਖ ਦੀ ਠੱਗੀ ਦਾ ਸ਼ਿਕਾਰ ਹੋਇਆ। ਦਰਅਸਲ ਇਸ ਨੌਜਵਾਨ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਸਦਾ ਇੱਕ ਗਰੀਬ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਵਾਇਆ ਗਿਆ ਸੀ ਅਤੇ ਫਿਰ ਵਿਦੇਸ਼ ਜਾਣ ਦੇ ਲਈ ਆਈਲੈਟਸ ਵੀ ਕਰਵਾਈ ਗਈ ਤੇ ਵਿਦੇਸ਼ ਜਾਣ ਦਾ ਪੂਰਾ ਖਰਚਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ। ਪਰ ਜਦੋਂ ਕਿਸੇ ਵਜ੍ਹਾ ਤੋਂ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਸਾਰੀ ਫੀਸ ਰਿਫੰਡ ਹੋ ਕੇ ਲੜਕੀ ਦੇ ਖਾਤੇ ਵਿੱਚ ਆ ਗਈ, ਜਿਸ ਦੇ ਬਾਅਦ ਲੜਕੀ ਇਸ ਪਰਿਵਾਰ ਨੂੰ ਛੱਡ ਕੇ ਚਲੀ ਗਈ। ਇਹ ਜੀ ਲਗਭਗ 2 ਸਾਲ ਪਹਿਲਾਂ ਜੀ ਮੇਰਾ ਵਿਆਹ ਪਿੰਡ ਸੁਈਆਂ ਹੋਇਆ ਸੀਗਾ ਜੀ ਅਤੇ ਸੁਮਨਪ੍ਰੀਤ ਕੌਰ ਦੇ ਨਾਲ ਜੀ ਉਹਨੂੰ ਆਈਲੈਟਸ ਕਰਵਾਇਆ ਜੀ ਮੈਂ ਅਤੇ ਉਹਦੀ ਫੀਸ ਭਰੀ। ਅਤੇ ਜਦੋਂ ਉਹਦੀ ਫਾਈਲ ਰਿਫਿਊਜ਼ ਹੋ ਗਈ ਜੀ ਉਸ ਤੋਂ ਬਾਅਦ ਫਿਰ ਉਹ ਪੈਸੇ ਲੈ ਕੇ ਜੀ ਅਤੇ ਆਪਦੇ ਪੇਕੀ ਚਲੀ ਗਈ ਅਤੇ ਕਹਿੰਦੇ ਵੀ ਹੁਣ ਅਸੀਂ ਆਉਣਾ ਨਹੀਂ। ਅਤੇ ਇਸ ਤਰੀਕੇ ਨਾਲ ਮੇਰੇ ਨਾਲ ਫਰੋਡ ਕਰਕੇ ਚਲੇ ਗਏ ਜੀ 14 ਲੱਖ ਰੁਪਏ ਦਾ। ਉਹਨਾਂ ਵਾਸਤੇ ਜੀ ਉਹਨੂੰ ਪੜ੍ਹਾਇਆ ਜੀ, ਉਹਦੀ ਕੰਪਾਰਟਮੈਂਟ ਸੀਗੀ ਜੀ BSC ਨਰਸਿੰਗ ਦੇ ਵਿੱਚੋਂ ਅਤੇ ਉਹ ਕਲੀਅਰ ਕਰਵਾਈ ਜੀ। ਉਸ ਤੋਂ ਬਾਅਦ ਟੱਚ ਸਟੋਨ ਬਰਨਾਲਾ 'ਚ ਜੀ ਉਹਨੂੰ 2-3 ਮਹੀਨੇ ਦੇ ਕਰੀਬ ਪੜ੍ਹਾਇਆ ਜੀ, ਆਈਲੈਟਸ ਕਲੀਅਰ ਕਰਵਾਇਆ ਜੀ, ਉਹਨਾਂ ਦਾ ਸਾਰੇ ਡਾਕੂਮੈਂਟ ਇਕੱਠੇ ਕਰਵਾਏ ਜੀ ਅਤੇ ਫਿਰ ਉਹਦੀ ਫੀਸ ਭਰੀ ਜੀ, ਸਾਰਾ ਕੁਛ ਕਰਿਆ। ਅਤੇ ਉਹ ਕਿਸੇ ਕਾਰਨ ਕਰਕੇ ਜਿਹੜੀ ਫਾਈਲ ਸੀ ਉਹ ਰਿਫਿਊਜ਼ ਹੋ ਗਈ ਜੀ। ਕਿੰਨਾ ਪੈਸਾ ਉਹਨਾਂ ਦੇ ਅਕਾਊਂਟ 'ਚ ਪਾਇਆ ਗਿਆ ਜੀ? ਉਹਨਾਂ ਦੇ ਅਕਾਊਂਟ 'ਚ ਜੀ 12,90,000 ਦੇ ਕਰੀਬ ਉਹਦੇ ਅਕਾਊਂਟ ਦੇ ਵਿੱਚ ਜਿਹੜੇ ਰੁਪਈਏ ਪਏ ਸੀ, ਲਗਭਗ 13 ਲੱਖ ਰੁਪਈਏ ਜੀ। ਉਹ ਜੀ ਜਦੋਂ ਫਾਈਲ ਰਿਫਿਊਜ਼ ਹੋ ਗਈ ਤਾਂ ਰਿਫੰਡ ਹੋ ਗਏ, ਉਹਦੇ ਜਿਹੜੀ ਫੀਸ ਸੀਗੀ ਉਹਦੇ ਅਕਾਊਂਟ ਦੇ ਵਿੱਚ ਰਿਫੰਡ ਹੋ ਗਈ ਜੀ। ਅਤੇ ਉਸ ਤੋਂ ਬਾਅਦ ਉਹ ਕਢਵਾ ਕੇ ਫਿਰ ਆਪਣੇ ਕਿਸੇ ਆਪਣੇ ਨਿੱਜੀ ਅਕਾਊਂਟ ਦੇ ਵਿੱਚ ਲੈ ਗਈ। ਬਿਲਕੁਲ ਵਿਆਹ 'ਤੇ ਵੀ ਅਸੀਂ ਖਰਚ ਕਰਿਆ ਸੀ ਸਾਰਾ ਕੁਛ, ਅਤੇ ਪੂਰਾ ਪ੍ਰੋਪਰ ਤਰੀਕੇ ਨਾਲ ਵਿਆਹ ਹੋਇਆ ਸੀ ਅਤੇ ਦਾ ਕੋਈ ਹੈ ਨਹੀਂ ਸੀ ਵੀ ਜੀ। ਉਹ ਤਕਰੀਬਨ 4 ਤੋਲੇ ਗੋਲਡ ਅਤੇ ਮੇਰੇ ਡਾਕੂਮੈਂਟ ਸੀਗੇ ਜਿਨ੍ਹਾਂ ਦੇ ਵਿੱਚ ਮੇਰੇ ਪਾਸਪੋਰਟ ਸੀ ਅਤੇ ਮੇਰੇ ਸਰਟੀਫਿਕੇਟ ਸੀਗੇ ਜੀ, ਅਤੇ ਉਹ ਸਾਰਾ ਕੁਛ ਉਹਦੇ ਕੋਲ ਆਈ। 4 ਮੇਰੇ ਸਾਈਨ ਕੀਤੇ ਹੋਏ ਚੈੱਕ ਵੀ ਉਹ ਲੈ ਕੇ ਚਲੀ ਗਈ ਜੀ। ਇਹ ਮੈਂ ਤਾਂ ਇਹੀ ਕਹਿਣਾ ਵੀ ਬਣਦੀ ਕਾਰਵਾਈ ਮੇਰੇ ਸਹੁਰੇ ਪਰਿਵਾਰ 'ਤੇ ਹੋਣੀ ਚਾਹੀਦੀ ਜੀ, ਤਾਂ ਕਿ ਅੱਗੇ ਵਾਸਤੇ ਕੋਈ ਹੋਰ ਕਿਸੇ ਨਾਲ ਇੱਦਾਂ ਦਾ ਫਰੋਡ ਨਾ ਕਰੇ। ਉਧਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਹਨਾਂ ਇੱਕ ਮਾਨਯੋਗ SSP ਸਾਹਿਬ ਦੇ ਇੱਕ ਉਹਨਾਂ ਨੇ ਦਰਖਾਸਤ ਦਿੱਤੀ ਸੀ, ਉਹ ਜਿਹੜੀ ਉਹਦੀ ਇਨਕੁਆਇਰੀ ਮੈਨੂੰ ਮਾਰਕ ਹੋਈ ਸੀ, ਮੈਂ ਉਹਦੀ ਡਿਟੇਲ ਦੇ ਵਿੱਚ ਜਾ ਕੇ ਜਿਹੜੀ ਇਨਕੁਆਇਰੀ ਕੀਤੀ ਸੀਗੀ। ਬਾਕੀ ਉਹ ਸੰਸਾਰ ਨਾਲ ਜਿਹੜਾ 20-25 ਲੱਖ ਦੇ ਕਰੀਬ ਉਹਦੇ ਨਾਲ ਠੱਗੀ ਵੱਜੀ ਹੈ, ਉਹ ਮਤਲਬ ਪ੍ਰੂਫ ਵੀ ਹੁੰਦੀ ਹੈ ਉਹਦੇ ਅਕਾਊਂਟ ਵਗੈਰਾ 'ਚ ਜਿਹੜੇ ਪੈਸੇ ਪਏ ਆ। ਉਦੋਂ ਬਾਅਦ ਪੂਰੀ ਇਨਕੁਆਇਰੀ ਕਰਕੇ ਮੈਂ ਉਹਦੇ ਲੜਕੀ ਅਤੇ ਫਾਦਰ ਅਤੇ ਇਹਦੇ ਬ੍ਰਦਰ ਅਤੇ 4 ਜਣੇ 'ਤੇ ਜਿਹੜੇ ਮੁਕੱਦਮਾ ਨੰਬਰ 68 ਦਰਜ ਕਰਕੇ ਜਲਦੀ ਜਿਹੜੇ ਦੋਸ਼ੀਆਂ ਨੂੰ ਅਰੈਸਟ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ। ਇਕੱਲੇ ਉਹਦੇ ਮੈਰਿਜ ਕਰਕੇ ਉਹਦੇ ਜਸਟਲੀ ਜਿਹਦੀ ਕੋਈ ਜ਼ਮੀਨ ਜ਼ਮੂਨ ਵਿਕਾ ਕੇ ਮਤਲਬ ਬਾਹਰ ਜਾਣਾ ਚਾਹੁੰਦੀ ਸੀਗੀ, ਜਦੋਂ ਉਹ ਵੀਜ਼ਾ ਨਹੀਂ ਲੱਗਿਆ ਉਹ ਮੈਰਿਜ ਇੱਥੋਂ ਵੀ ਚਲੀ ਗਈ ਔਰ ਉਹਦੇ ਪੈਸਿਆਂ ਦਾ ਗਬਨ ਵੀ ਕਰ ਗਈ। ਉਹਦਾ ਰੂੜੇਕੇ ਵਿਖੇ ਮੁਕੱਦਮਾ ਦਰਜ ਕਰਾਤਾ। ਮੈਂ SHO ਨੂੰ ਹਦਾਇਤ ਕੀਤੀ ਵੀ ਜਲਦੀ ਜਲਦੀ ਅਰੈਸਟ ਕਰਕੇ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਫਿਲਹਾਲ ਇਹ ਮਾਮਲਾ ਆਪਣੇ ਆਪ 'ਚ ਹੀ ਕਈ ਸਵਾਲ ਖੜੇ ਕਰ ਰਿਹਾ ਹੈ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਲੜਕੀ ਜਾਂ ਉਸਦੇ ਪਰਿਵਾਰ ਦੇ ਵੱਲੋਂ ਕੋਈ ਪੱਖ ਨਹੀਂ ਰੱਖਿਆ ਗਿਆ, ਜਦਕਿ ਜਿਸ ਤਰ੍ਹਾਂ ਨੌਜਵਾਨ ਦੇ ਵੱਲੋਂ ਲੜਕੀ ਦੇ ਉੱਤੇ ਠੱਗੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੇ ਨੇ। ਬਰਨਾਲਾ ਤੋਂ ਹਿਮਾਂਸ਼ੂ ਦੁਆ ਦੀ ਰਿਪੋਰਟ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648